ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਰਦਾਰ ਅਮੀਰ ਸਿੰਘ, ਜਨਰਲ ਸੈਕਟਰੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਪਾਕਿਸਤਾਨ ਸਮੇਤ ਪੂਰੀ ਦੁਨੀਆ ਵਿੱਚ ਹਰ ਸਾਲ ਖਾਲਸਾ ਸਿਰਜਣਾ ਦਿਵਸ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਕਰਕੇ ਮਹਾਂਮਾਰੀ ਦਾ ਮਾਹੌਲ ਬਣਿਆ ਹੈ, ਜਿਸ ਕਰਕੇ ਕਿਸੇ ਵੀ ਤਰ੍ਹਾਂ ਕੋਈ ਧਾਰਮਿਕ ਅਤੇ ਸਮਾਜਿਕ ਇਕੱਠ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਨੇ ਇਹ ਫੈਸਲਾ ਲਿਆ ਹੈ ਕਿ ਇਸ ਸਾਲ ਪਾਕਿਸਤਾਨ ਵਿੱਚ ਖਾਲਸਾ ਸਿਰਜਣਾ ਦਿਵਸ, ਜੋ ਕਿ ਪਹਿਲੀ ਵਿਸਾਖੀ ਨੂੰ ਗੁਰਦੁਆਰਾ ਪੰਜਾ ਸਾਹਿਬ ਵਿੱਚ ਮਨਾਇਆ ਜਾਂਦਾ ਹੈ, ਬੜੀ ਸਾਦਗੀ ਨਾਲ ਮਨਾਇਆ ਜਾਏਗਾ। ਕੇਵਲ ਉੱਥੋਂ ਦੇ ਗ੍ਰੰਥੀ ਸਿੰਘ, ਪਾਠੀ ਸਿੰਘ ਅਤੇ ਸੇਵਾਦਾਰ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨਗੇ ਅਤੇ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ। ਮੇਰੀ ਨਿਮਰਤਾ ਸਾਹਿਤ ਦੋਵੇਂ ਹੱਥ ਜੋੜ ਕੇ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕਿਰਪਾ ਕਰਕੇ ਆਪ ਜਾਣ ਦੀ ਖੇਚਲ ਨਾ ਕਰੋ, ਬਲਕਿ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਨਾਮ ਸਿਮਰਨ ਕਰੋ, ਬਾਣੀ ਪੜ੍ਹੋ, ਨਾਮ ਜਪੋ, ਤਾਂ ਜੋ ਇਸ ਸੰਸਾਰ ਦੇ ਉੱਤੇ ਇਹ ਬਿਪਤਾ ਬਣੀ ਹੋਈ ਹੈ, ਗੁਰੂ ਮਹਾਰਾਜ ਕਿਰਪਾ ਕਰਨ ਇਸ ਸਮੁੱਚੇ ਜਗਤ ਤੋਂ ਇਸ ਤੋਂ ਛੁਟਕਾਰਾ ਮਿਲ ਜਾਏ। ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਜਾਵਾਂ ਕਿ ਇਸ ਕੁਟਵੇਂ ਮਾਹੌਲ ਦੇ ਵਿੱਚ ਜਿੱਥੇ ਸਾਰਾ ਸਭ ਕੁਝ ਬੰਦ ਹੈ, ਅਤੇ ਤੁਹਾਡੇ ਇਰਦ ਗਿਰਦ ਕੁਛ ਇਹੋ ਜਿਹੇ ਲੋਕ ਹੋਣਗੇ ਜਿਹੜੇ ਰੋਜ਼ ਕਮਾਉਂਦੇ ਨੇ ਅਤੇ ਆਪਣੇ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਸੋ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ ਜੇ ਸਤਿਗੁਰੂ ਪਾਤਸ਼ਾਹ ਨੇ ਆਪਣੇ ਖਜ਼ਾਨਿਆਂ ਵਿੱਚੋਂ ਤੁਹਾਨੂੰ ਖੁੱਲ੍ਹੇ ਗੱਫੇ ਬਖਸ਼ੇ ਹਨ, ਉਹਨਾਂ ਲੋੜਵੰਦਾਂ ਲੋਕਾਂ ਦਾ ਵੀ ਜ਼ਰੂਰ ਖਿਆਲ ਰੱਖੋ। ਮੈਂ ਇੱਕ ਵਾਰੀ ਫਿਰ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਕਰਾਂ ਕਿ ਸਿਰਫ ਪੰਜਾ ਸਾਹਿਬ ਹੀ ਨਹੀਂ, ਜਿੱਥੇ ਜਿੱਥੇ ਸੰਗਤਾਂ ਦੋ ਟਾਈਮ ਜੁੜਦੀਆਂ ਹਨ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ, ਕਿਉਂਕਿ ਇਹ ਮਾਹੌਲ ਐਸਾ ਬਣਿਆ ਹੈ ਕਿ ਇਸ ਮਾਹੌਲ ਦੇ ਵਿੱਚ ਇਕੱਠ ਕਰਨਾ ਉਹ ਸਹੀ ਨਹੀਂ ਹੈ, ਸਾਡੇ ਪਰਿਵਾਰਾਂ ਵਾਸਤੇ ਅਤੇ ਦੂਜਿਆਂ ਦੇ ਪਰਿਵਾਰਾਂ ਵਾਸਤੇ। ਇਹਦੇ ਵਿੱਚ ਹੀ ਸਾਰੇ ਮਨੁੱਖਤਾ ਦਾ ਭਲਾ ਹੈ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸਤਿਨਾਮ।